ਜੇ ਅਸੀਂ ਇੱਥੇ ਰਹਿੰਦੇ ਹਾਂ, ਫਰਜ਼ ਸਾਡੀ ਸਰਕਾਰੀ ਬੋਲੀ ਵੀ ਅੰਗਰੇਜ਼ੀ ਆ, ਜਿਹੜੀ ਆਪਣੀ ਬੋਲੀ ਆ, ਹੁਣ ਇਹ ਸਾਰੇ ਮੁਲਕਾਂ 'ਚ ਪਤਾ ਲੱਗ ਗਿਆ, ਜਿੱਦਾਂ ਪਹਿਲਾਂ ਆਪਾਂ ਗੱਲ ਕੀਤੀ ਆ ਇੰਗਲੈਂਡ 'ਚ, ਉਹਨੂੰ ਖੋਜ ਕੀਤੀ ਆ, ਜਿਹੜੀ ਤੁਹਾਡੀ ਬੋਲੀ ਆ ਉਹ ਕੋਈ ਬੋਲੀ ਵੀ ਆ, ਉਹਦੇ ਅਸਰ ਵਧੀਆ ਹੀ ਹੁੰਦੇ ਆ ਕੌਮ ਦੇ ਵਿੱਚ, ਪਰਿਵਾਰਾਂ ਦੇ ਵਿੱਚ। ਉਹ ਪਰਿਵਾਰ ਜ਼ਿਆਦਾ ਸਟੇਬਲ ਹੋਣਗੇ ਜਿਹੜੇ ਜੜ੍ਹਾਂ ਜੁੜੇ ਹੋਏ ਆ, ਜੜ੍ਹਾਂ ਨੇ ਜੁੜਨ ਲਈ ਉਹ ਤੁਹਾਨੂੰ ਬੈਕਗਰਾਊਂਡ ਦੇਖਣ ਲਈ ਆਪਣੀ ਤੁਹਾਡੀ ਬੋਲੀ ਆਉਣੀ ਚਾਹੀਦੀ ਹੈ। ਹੁਣ ਇੱਥੇ ਕਹਿੰਦੇ ਸਾਡੀ ਮਾਂ ਬੋਲੀ ਅੰਗਰੇਜ਼ੀ ਹੋ ਗਈ, ਮੰਨ ਲੈਂਦੇ ਹਾਂ ਤੁਹਾਡੀ ਕੁੜੀ ਅੰਗਰੇਜ਼ੀ ਪੜ੍ਹਦੀ ਆ, ਨਿਆਣੇ ਬੋਲਦੇ ਆ, ਪਰ ਤੁਹਾਡੀਆਂ ਰੂਟਸ ਜਿੱਥੋਂ ਤੁਸੀਂ ਆਏ ਆ, ਜਿੱਥੋਂ ਤੁਸੀਂ, ਤੁਹਾਡੀ ਜੈਨਰੇਸ਼ਨ ਗੈਪ ਆ, ਹੁਣ ਇੱਥੇ ਟੀ ਵੀ 'ਚ ਦੱਸਦੇ ਆ, ਤੁਸੀਂ ਆਪਣੀ ਦੇਖਣੀ ਆ ਦੂਸਰੀ ਐਨਸੈਸਟਰੀ, ਉਹ ਕੱਲ ਹੀ ਕਰਦੇ ਆ, ਕੋਈ ਰੀਜ਼ਨ ਆ ਨਾ ਉਹ ਬੰਦਿਆਂ ਨੂੰ, ਅਤੇ ਕੁਛ ਮਨ ਨੂੰ ਤਸੱਲੀ ਮਿਲਦੀ ਆ। ਸਾਡੇ ਪੇਦਾਦੇ ਆਇਰਿਸ਼ ਸੀਗੇ, ਸਕੋਟਿਸ਼ ਸੀਗੇ, ਹੁਣ ਇੱਦਾਂ ਸਾਡੇ ਨਿਆਣੇ ਪੁੱਛ ਸਕਦੇ ਭਾਈ ਕਹੇ ਪੰਜਾਬੀ ਸੀ, ਕਿੱਥੋਂ ਆਏ ਸੀ,